ਓਏ ਤੂੰ ਨਾ ਖਾਇਆ ਕਰ ਜੁਨੀ, ਇੰਨਾ ਸਮਝਦਾ ਬੰਦਾ, ਇਸ ਤੂੰ ਤਾਂ ਤੂੰ ਖੁਦਾ ਨੂੰ ਖਾ ਲੈ, ਤੂੰ ਨਾ ਖਾਇਆ ਕਰੇ ਯਾਰ। ਕੁਛ ਨੀ ਹੁੰਦਾ ਇਹਨਾਂ ਨਾਲ, ਇਹਨਾਂ ਨੀ ਮੇਰਾ ਪਾਸ ਸੁਣਾ, ਤੂੰ ਬਦਾਮਾਂ ਦੀ ਗੱਲ ਸੁਣ ਲਾ। ਮੇਰਾ ਇੱਕ ਸੱਜਣ ਮਿੱਤਰ ਸੀਗਾ ਹਰਭੰਸ, ਉਹ ਡੇਲੀ ਪਾਈਆ ਬਦਾਮ ਤੇ ਪਾਈਆ ਕਾਜੂ ਖਾਂਦਾ ਹੁੰਦਾ ਸੀਗਾ। ਅੱਛਾ, ਉਹਨੇ ਡੇਲੀ ਪਾਈਆ ਬਦਾਮ ਤੇ ਕਾਜੂ ਖਾਣੇ, ਮਹੀਨੇ ਦੇ ਵਿੱਚ ਟੱਪ ਗਿਆ। ਕਿਉਂ ਭਰਾਵਾ, ਉਹਦੇ ਕਰਮਾਂ ਚ 10 ਕਿਲੋ ਬਦਾਮ ਸੀਗੇ, ਉਹਨੇ ਤਾਂ ਮਹੀਨੇ ਚ ਖਤਮ ਕਰਤੇ 10 ਕਿਲੋ ਬਦਾਮ। ਜੋਨੀ ਕਿੱਥੇ ਆ? ਉਹ ਜੋਰ ਲਾਈ ਜਾਂਦਾ, ਜੋਰ ਲਾਈ ਜਾਂਦਾ। ਹੈ ਜੋਰ ਲਾਈ ਜਾਂਦਾ, ਉਹ ਪਸੀਨਾ ਕੱਢੀ ਜਾਂਦਾ, ਪਸੀਨਾ ਖਸਮਾ। ਤੂੰ ਕਿਹੜੀ ਜਿਮ ਲਾਈ ਜਾਂਦਾ? ਉਹ ਬਰਗਰ ਪੀਜ਼ੇ ਖਾ ਕੇ ਪਸੀਨਾ ਕਦਾ ਕੱਢਣਾ ਹੀ ਪੈਂਦਾ। ਚੱਲ ਛੱਡ ਯਾਰ, ਮੈਨੂੰ ਨੀ ਸਮਝ ਆਉਂਦੀ ਤੇਰੀ। ਤੂੰ ਐ ਕਰੀ, ਆਪਦਾ ਜ਼ੋਰ ਚੂਰ ਵਾਲਾ ਕੰਮ ਨਿਬੇੜ ਕੇ ਮੇਰੇ ਕੋਲੇ ਆ ਜਲਦੀ। ਚੰਗਾ ਪੰਕਜ, ਜ਼ੋਰ ਵੀ ਲਾਉਂਦਾ ਹੈ। ਜੋਨੀ ਤੂੰ ਯਾਰ ਕਿਉਂ ਪਹਿਲਵਾਨ ਨੂੰ ਤੰਗ ਕਰਦਾ ਹੁੰਦਾ? ਮੈਂ ਕਿੱਥੇ ਤੰਗ ਕਰਦਾ ਯਾਰ, ਬਰਗਰ ਪੀਜ਼ੇ ਖਾ ਕੇ ਜ਼ੋਰ ਤਾਂ ਲੱਗਦਾ ਹੀ ਆ, ਮੈਂ ਕਿੱਥੇ ਤੰਗ ਕੀਤਾ ਬਾਈ ਨੂੰ? ਤੂੰ ਕਿਹੜੇ ਟਾਈਮ ਜ਼ੋਰ ਲਾਉਣਾ ਯਾਰ, ਇਹ ਸਵੇਰੇ ਫਲੈਸ਼ ਵਾਲੀ ਗੱਲ ਕਰਦਾ। ਸਾਡਾ ਤਾਂ ਕੋਈ ਜ਼ੋਰ ਨਹੀਂ ਲੱਗਦਾ ਯਾਰ ਸੁਬਹ ਦੇ ਟਾਈਮ। ਉਹ ਤੁਸੀਂ ਕੁਛ ਖਾਣਾ ਨੀ ਪੀਣਾ ਨੀ, ਡਾਈਟਾਂ ਵਾਲੇ ਬੰਦੇ ਹੋ, ਜ਼ੋਰ ਸਵਾਹ ਲੱਗਣਾ ਤੁਹਾਡਾ। ਨਹੀਂ ਯਾਰ, ਟੋਲੇ ਵੀ ਤਾਂ ਜ਼ਰੂਰੀ ਆ ਬਣਾਉਣੇ। ਉਹ ਰੱਬ ਨੇ ਜੀਭ ਦਿੱਤੀ ਆ ਖਾਣ ਪੀਣ ਨੂੰ, ਤਰ੍ਹਾਂ ਤਰ੍ਹਾਂ ਦੀ ਚੀਜ਼ਾਂ ਦਾ ਸਵਾਦ ਲੈਣ ਨੂੰ। ਤੁਸੀਂ ਡਾਈਟਾਂ ਕਰਦੇ ਹੋ, ਖਾਂਦੇ ਪੀਂਦੇ ਤੁਸੀਂ ਹੈ ਨਹੀਂ, ਜ਼ੋਰ ਕਿੱਥੋਂ ਲੱਗ ਜੂਗਾ ਤੁਹਾਡਾ? ਬੰਦੇ ਨੂੰ ਹਰ ਚੀਜ਼ ਦਾ ਸਵਾਦ ਲੈਣਾ ਚਾਹੀਦਾ। ਆਹ ਬਰਗਰ ਪੀਜ਼ੇ ਖਾਣ ਲਈ ਬਣੇ ਆ, ਠੀਕ ਆ, ਇਕੱਲਾ ਜ਼ੋਰ ਨਾਲ ਕੁਛ ਨਹੀਂ ਬਣਦਾ, ਖਾਣਾ ਪੀਣਾ ਵੀ ਪੈਂਦਾ ਨਾਲ। ਓਏ ਯਾਰ, ਜਿੱਤੇ ਕਿਤੇ ਤੇਰਾ ਵਾਹ ਪੈ ਗਿਆ ਨਾ ਕਿਸੇ ਨਾਲ, ਉੱਤੇ ਪਤਾ ਲੱਗੂ ਕਿ ਡੋਲੇ ਕੀ ਹੁੰਦੇ ਨੇ।
ਇਹਨੂੰ ਦੱਸ ਪੰਕਜ, ਜਿੱਦਾਂ ਕਿਤੇ ਕਿਸੇ ਨੇ ਘੇਰ ਲਿਆ ਨਾ ਤੈਨੂੰ, ਫੇਰ ਪਤਾ ਲੱਗੂ ਤੈਨੂੰ ਟੋਲੇ ਕੀ ਹੁੰਦੇ ਨੇ। ਚੱਲ ਦੇਖਦੇ ਹਾਂ ਫਿਰ, ਲਾੜੀ ਤੂੰ ਵੀ ਆਪਦਾ ਜ਼ੋਰ, ਤੈਨੂੰ ਬੱਚਿਆਂ ਦਾ ਕਮਾਲ ਵਿਖਾਵਾਂਗੇ ਫਿਰ। ਸੱਚ ਯਾਰ, ਟਾਈਮ ਹੈ ਤਾਂ ਆਪਾਂ ਆਂਡਿਆਂ ਦੀਆਂ ਟ੍ਰੇਆਂ ਲੈ ਕੇ ਆਉਂਗੇ। ਚੱਲ ਲਿਆਉਂਗੇ ਯਾਰ, ਆਹ ਖਤਮ ਤਾਂ ਕਰਦੇ ਪਹਿਲਾਂ, ਲੈ ਕੇ ਆਉਂਗੇ ਆਂਡੇ ਸਾਡੇ ਕੋਲ। ਆਹ ਥੋੜਾ ਰਹਿ ਗਿਆ, ਉਹ ਯਾਰ ਹਟਾਇਆ ਕਰ ਇਹਨੂੰ ਇੱਥੇ ਆਉਣ ਤੋਂ, ਥੋੜਾ ਰਹਿ ਗਿਆ ਥੋੜਾ। ਚੱਲਦੇ ਆਪਾਂ ਮੰਗਾ, ਚੱਲਦੇ ਬਸ, ਦੋ ਮਿੰਟ ਹੀ ਰੋ। ਆ ਗਏ ਰੋਕੋ, ਉਤਰ, ਉਹ ਮੈਂ ਕਹਿਣਾ ਉਤਰ, ਹਲੇ ਉਤਰ, ਚੱਲ ਲਿਆ ਚਾਬੀ ਦੇ ਮੋਟਰ, ਜਲਦੀ ਕੱਢ ਚਾਬੀ। ਤੂੰ ਨਿੱਤ ਕਹਿੰਦਾ ਹੁੰਦਾ ਸੀ ਜੋਨੀ, ਅੱਜ ਦਿਖਾਉਣਾ ਮੈਂ ਤੈਨੂੰ ਕੋਈ ਟੋਲਿਆਂ ਦਾ ਚੋਰ। ਚੱਲ ਚੱਲ ਤੁਰਦਾ ਚੱਲ। ਕਿੱਥੇ ਯਾਰ ਤੇਰੇ ਡੋਲੇ, ਕਿੱਥੇ ਕੰਮ ਆਏ ਆ? ਮੋਟਰਸਾਈਕਲ ਲੈ ਕੇ ਘਰੇ ਨਾ ਗਿਆ ਨਾ ਪਰਸੋਂ ਮਿਲਿਆ ਸੀਗਾ ਮੈਨੂੰ ਤੇਰਾ ਬਾਪੂ। ਤੂੰ ਕੁਛ ਕੀ ਕਹਿੰਦਾ ਸੀ ਬਾਪੂ? ਹੋਰ ਕੋਈ ਕੰਮ ਹੀ ਹੈ ਨੀ, ਸਾਰਾ ਦਿਨ ਕਦੇ ਆਹ ਪਾਊਡਰ ਘੋਲ ਕੇ ਪੀ ਲਿਆ, ਕਦੇ ਉਹ ਪਾਊਡਰ ਘੋਲ ਕੇ ਪੀ ਲਿਆ, ਏਦਾਂ ਕਿੱਦਾਂ ਕੰਮ ਚੱਲੂ ਯਾਰ? ਕੰਮ ਵੀ ਜ਼ਰੂਰੀ ਆ, ਤੂੰ ਵੀ ਤਾਂ ਕੰਮ ਕਰਦਾ ਹੀ ਆ ਨਾਲ, ਵੀ ਕਰਨਾ ਚਾਹੀਦਾ। ਮੈਂ ਇਹ ਨੀ ਕਹਿੰਦਾ ਸਰੀਰ ਬਣਾਉਣਾ ਮਾੜੀ ਗੱਲ ਆ, ਭਲਵਾਨੀ ਅਸੀਂ ਵੀ ਕਰਦੇ ਰਹੇ ਮੈਂ ਕਹਿੰਦਾ ਘੁਮਾਉਂਦਾ ਭਲਵਾਨ ਹੁੰਦਾ ਸੀ, ਪਰ ਉਦੋਂ ਸਾਡੀਆਂ ਖੁਰਾਕਾਂ ਸੀ ਨਾ, ਅਸੀਂ ਦੇਸੀ ਘਿਓ ਦੇ ਪੀਪੇ ਕੀ ਕਹਿੰਦੇ ਸੀ ਪੀਪੇ। ਆਹ ਅੱਜ ਕੱਲ ਵਾਲਿਆਂ ਨੂੰ ਹੋਇਆ ਪਤਾ ਨੀ ਕੀ, ਇਹ ਤਾਂ ਰੋਟੀ ਛੱਡੀ ਬੈਠਾ ਯਾਰ। ਓਏ ਪੁੱਤਰ, ਉਹਨੂੰ ਸਮਝਾਈ ਕੁਝ? ਉਹ ਤੂੰ ਆਏ ਨਾ ਸੋਚੀ, ਮੈਂ ਤੈਨੂੰ ਕਾਹਤੋਂ ਸੱਦਿਆ ਸੀ, ਇਸੇ ਗੱਲ ਲਈ ਸੱਦਿਆ ਸੀ ਮੈਂ। ਉਹ ਸਾਡੀ ਸੁਣਦਾ ਨੀ, ਅੱਜ ਕੱਲ ਦੇ ਛੋਰੇ ਸੁਣਦੇ ਹੀ ਆਪਦੇ ਯਾਰਾਂ ਦੋਸਤਾਂ ਦੀ ਆ, ਉਹਨੂੰ ਸਮਝਾ ਕਿਸੇ ਤਰੀਕੇ ਯਾਰ। ਚੰਗਾ ਪੁੱਤਰ, ਕਰੋ ਕੰਮ, ਚੱਲ ਹੋਰ ਦੱਸੇ, ਠੀਕ ਹੋ? ਠੀਕ ਆ ਠੀਕ। ਤੂੰ ਮੈਨੂੰ ਦੱਸਦਾ ਦਿੰਦਾ ਫਿਰ? ਦੱਸਿਆ ਨੀ, ਸਮਝਾਈ ਆ ਮੈਂ ਤੈਨੂੰ।
ਇੰਨਾ ਕੁਝ ਹੋ ਗਿਆ ਮੇਰੇ ਨਾਲ ਯਾਰ, ਮੈਨੂੰ ਪਤਾ ਨੀ ਲੱਗਣ ਦਿੱਤਾ ਤੁਸੀਂ। ਜੋ ਵੀ ਯਾਰ ਤੂੰ ਤੁੰਦਾ ਪਾਉਂਦਾ ਤੇ ਮੈਂ